ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਕਟਰ ਰਜਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ ਖਬਰਾਂ ਦੇ ਸਮੇਂ ਤੇ ਤੁਹਾਡਾ ਸਵਾਗਤ ਹੈ ਆਓ ਮਾਰਦੇ ਹਾਂ ਅੱਜ ਦੇ ਮੁੱਖ ਖਬਰਾਂ ਦੇ ਇੱਕ ਨਜ਼ਰ पाकिस्तान की जेल च भेद भरे हालातों च मारे गए कैदी किरपाल सिंह की लाश वाघा सरहद राही पुजी भारत। पाकिस्तान के बाद परिवार की मंग कारण किरपाल सिंह का अमृतसर च मुड़ करवाया गया पोस्टमार्टम। परिवारिक मैंबर वालों किरपाल सिंह की मौत को दसाया जा रहा है कतल। ਤੁਹਾਨੂੰ ਲੱਗਦਾ ਕਿ ਜਿਹੜਾ ਕਤਲ ਕੀਤਾ ਗਿਆ ਜਿਹਦਾ ਸਰਬਜੀਤ ਦਾ ਇੱਕ ਲੋਤਾ ਗਵਾਹ ਸੀ ਕਿਰਪਾਲ ਸਿੰਘ ਤੇ ਇਹਨਾਂ ਨੇ ਇਸੇ ਕਰਕੇ ਯਾਨੀ ਕਿ ਸਾਜ਼ਿਸ਼ ਕਰਕੇ ਸਾਰੀ ਸਿਮਟਰੀ ਖਤਮ ਕਰਤੀ ਹੈ ਵੀ ਇਹ ਗੇਮ ਵੀ ਪਤਾ ਨਾ ਚੱਲੇ ਵੀ ਸਰਬਜੀਤ ਨੂੰ ਕਿਵੇਂ ਮਾਰਿਆ ਤੇ ਕਿਰਪਾਲ ਸਿੰਘ ਦੀ ਤੈਅ ਕੀਤੀ ਗਈ ਹੈ। ਕੱਲ ਗੁਰਦਾਸਪੁਰ ਚ ਜੱਦੀ ਪਿੰਡ ਮੁਸਤਫਾਬਾਦ ਸੈਦਾਂ ਚ ਕੀਤਾ ਜਾਵੇਗਾ ਮ੍ਰਿਤਕ ਕਿਰਪਾਲ ਸਿੰਘ ਦਾ ਅੰਤਿਮ ਸੰਸਕਾਰ। ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਚ ਦਮ ਤੋੜਨ ਵਾਲੇ ਕਿਰਪਾਲ ਸਿੰਘ ਦੀ ਮੌਤ ਤੇ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਕੀਤਾ ਵੱਡਾ ਖੁਲਾਸਾ। ਕਿਹਾ ਸਰਬਜੀਤ ਦੀ ਮੌਤ ਦਾ ਰਾਜ ਜਾਣਨ ਕਰਕੇ ਪਾਕਿਸਤਾਨ ਵੱਲੋਂ ਕਰਵਾਇਆ ਗਿਆ ਕਿਰਪਾਲ ਸਿੰਘ ਦਾ ਵੱਖਰੇ ਅੰਦਾਜ਼ 'ਚ ਕਤਲ। ਮੈਂ ਤਾਂ ਆਪਣਾ ਯਕੀਨਨ ਕਹਿ ਸਕਦੀ ਹੂੰ ਕਿ ਕਿਰਪਾਲ ਕੇ ਸਾਥ ਕੁਛ ਅਲਗ ਤਰੀਕਾ ਇਸਤੇਮਾਲ ਕੀਤਾ ਗਿਆ ਜਿਸਸੇ ਕਿ ਹਿੰਦੁਸਤਾਨ ਕੇ ਅੰਦਰ ਦੁਨੀਆ ਕੇ ਅੰਦਰ ਉਨਕਾ ਸ਼ੋਰ ਨਾ ਮਚੇ ਪਤਾ ਨਾ ਚਲੇ ਕਿ ਇਹ ਹਰ ਕੈਦੀ ਕੇ ਸਾਥ ਹਿੰਦੁਸਤਾਨੀ ਕੇ ਸਾਥ ਐਸਾ ਕਰਤੇ ਹੈ। ਦਲਬੀਰ ਕੌਰ ਵੱਲੋਂ ਕਿਰਪਾਲ ਸਿੰਘ ਵਾਂਗ ਕਈ ਹੋਰ ਭਾਰਤੀ ਕੈਦੀਆਂ ਦੀ ਜਾਨ ਨੂੰ ਦੱਸਿਆ ਗਿਆ ਪਾਕਿਸਤਾਨ ਕੋਲੋਂ ਖਤਰਾ। ਦੁਨੀਆ ਦੇ ਬੇਸ਼ਕੀਮਤੀ ਕੋਹੇਨੂਰ ਹੀਰੇ ਦੇ ਸਬੰਧ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੇਂਦਰ ਸਰਕਾਰ ਤੇ ਕੀਤਾ ਵੱਡਾ ਹਮਲਾ। ਕਿਹਾ ਸਿੱਖ ਰਾਜ ਦੀ ਮਲਕੀਅਤ ਕੋਹੇਨੂਰ ਹੀਰੇ ਬਾਰੇ ਝੂਠ ਬੋਲ ਰਹੀ ਹੈ ਕੇਂਦਰ ਸਰਕਾਰ। ਲਾਹੌਰ ਦਰਬਾਰ ਤੇ ਉਦੋਂ ਮਹਾਰਾਜਾ ਦਲੀਪ ਸਿੰਘ ਦੀ ਉਮਰ ਕੇਵਲ 10 ਸਾਲ ਦੀ ਸੀ ਔਰ ਇਹ ਕਹਿ ਦੇਣਾ ਕਿ ਉਹ ਪ੍ਰੈਜ਼ੈਂਟ ਕੀਤਾ ਗਿਆ ਜਾਂ ਤੋਹਫੇ ਵਜੋਂ ਦਿੱਤਾ ਗਿਆ ਝੂਠਾ ਉਹ ਬੇਬੁਨਿਆਦ ਸਟੇਟਮੈਂਟ ਹੈ। ਕੋਹੇਨੂਰ ਹੀਰੇ ਸਮੇਤ ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਦੀ ਕੁਰਸੀ ਵੀ ਵਾਪਸ ਲਿਆਉਣ ਦੀ ਅਵਤਾਰ ਸਿੰਘ ਮੱਕੜ ਨੇ ਕੀਤੀ ਮੰਗ। ਕਣਕ ਦੀ ਖਰੀਦ ਲਈ ਕੇਂਦਰ ਵੱਲੋਂ ਭੇਜੀ ਜਾਣ ਵਾਲੀ ਰਕਮ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਸਫਾਈ। ਕਿਹਾ ਕੇਂਦਰ ਸਰਕਾਰ ਵੱਲੋਂ ਨਹੀਂ ਰੋਕੀ ਗਈ ਹੈ ਪੰਜਾਬ ਨੂੰ ਦਿੱਤੀ ਜਾਣ ਵਾਲੀ ਰਕਮ। ਇਸ ਤੋਂ ਪਹਿਲਾਂ RBI ਵੱਲੋਂ 12,000 ਕਰੋੜ ਦੀ ਕਣਕ ਖਰੀਦ ਦੇ ਪੈਸਿਆਂ ਨੂੰ ਲੈ ਕੇ ਸੂਬਾ ਸਰਕਾਰ ਕੋਲੋਂ ਮੰਗੇ ਗਏ ਸਨ ਜਵਾਬ। ਜਲੰਧਰ ਤੇ ਪਠਾਨਕੋਟ 'ਚ ਸੁਖਬੀਰ ਬਾਦਲ ਨੇ ਵਪਾਰੀਆਂ ਨੂੰ ਵੰਡੇ ਸਿਹਤ ਬੀਮਾ ਦੇ ਸਮਾਰਟ ਕਾਰਡ। ਅਤੇ ਸੁਪਰੀਮ ਕੋਰਟ ਨੇ ਆਉਣ ਵਾਲੀ ਫਿਲਮ ਸੰਤਾ ਬੰਦਾ ਦੀ ਰਿਲੀਜ਼ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ। ਪਟੀਸ਼ਨਕਰਤਾ ਨੂੰ ਸਭ ਤੋਂ ਪਹਿਲਾਂ ਪਟੀਸ਼ਨ 'ਚ ਸੋਧ ਕਰਨ ਦੀ ਅਦਾਲਤ ਨੇ ਦਿੱਤੀ ਸਲਾਹ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ 22 ਅਪ੍ਰੈਲ ਨੂੰ ਰਿਲੀਜ਼ ਹੋ ਸਕਦੀ ਹੈ ਇਹ ਫਿਲਮ। ਮੁੱਖ ਖਬਰਾਂ ਤੋਂ ਬਾਅਦ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਹੋਰ ਵੱਡੀਆਂ ਖਬਰਾਂ। ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ 'ਚ ਆਖਰੀ ਸਾਹ ਲੈਣ ਵਾਲੇ ਕਿਰਪਾਲ ਸਿੰਘ ਦੀ ਲਾਸ਼ ਵਾਘਾ ਬਾਰਡਰ ਰਸਤੇ ਭਾਰਤ ਪਹੁੰਚੀ ਹੈ। ਕਿਰਪਾਲ ਸਿੰਘ ਦਾ ਗੁਰਦਾਸਪੁਰ 'ਚ ਉਸਦੇ ਜੱਦੀ ਪਿੰਡ ਮੁਸਤਫਾਬਾਦ 'ਚ ਪੂਰੇ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਿਰਪਾਲ ਸਿੰਘ ਦੀ ਮ੍ਰਿਤਕ ਦੇ ਭਾਰਤ ਆਉਣ ਤੋਂ ਪਹਿਲਾਂ ਹੀ 7 ਦਾਅਵੇਦਾਰ ਖੜ੍ਹੇ ਹੋ ਗਏ ਹਨ ਅਤੇ ਉਸਦੀ ਪਤਨੀ ਪਰਮਜੀਤ ਕੌਰ ਵੀ ਕਿਰਪਾਲ ਸਿੰਘ ਦੀ ਮ੍ਰਿਤਕ ਦੇ 'ਤੇ ਆਪਣਾ ਹੱਕ ਜਿਤਾਉਣ ਲਈ ਪਹੁੰਚ ਗਈ ਹੈ। ਦੂਜੇ ਪਾਸੇ ਕਿਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਤੋਂ ਬਾਅਦ ਅੱਜ ਅੰਮ੍ਰਿਤਸਰ 'ਚ ਕਿਰਪਾਲ ਸਿੰਘ ਦਾ ਦੁਬਾਰਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਜੋ ਉਸ ਦੀ ਮੌਤ ਦੇ ਅਸਲੀ ਕਾਰਨ ਦਾ ਪਤਾ ਲੱਗ ਸਕੇ। ਦੁਬਾਰਾ ਆਪਾਂ ਪੋਸਟਮਾਰਟਮ ਕਰਾ ਕੇ ਫਿਰ ਹੀ ਦੁਬਾਰਾ ਆਪਣੇ ਗਾਉਂ ਖੜਾਂਗੇ। ਉੱਥੇ ਜਾ ਕੇ ਪੂਰਾ ਪਤਾ ਚੱਲੇਗਾ ਵੀ ਸਾਨੂੰ ਕਿੱਦਾਂ ਇਹਨਾਂ ਨੇ ਚਾਚਾ ਜੀ ਦੀ ਦੇਹਾਂਤ ਕੀਤਾ। ਇਹਨਾਂ ਨੇ ਸਰਬਜੀਤ ਦਾ ਇੱਕ ਲੋਤਾ ਗਵਾ ਸੀ। ਇਹਨਾਂ ਨੇ ਆਪ ਖੁਦ ਅਸੀਂ ਖੁਦ ਵੇਖਿਆ ਚੋਟਾਂ ਲੱਗੀਆਂ ਅਤੇ ਕਾਫੀ ਚਾਚਾ ਜੀ ਦੇ ਸਾਥ ਦੇ ਸਰੀਰ 'ਚ ਬਹੁਤਾ ਲਾਲ ਗਈ ਅਤੇ ਨੱਕ ਨੁੱਕ 'ਚ ਖੂਨ ਵਗਿਆ ਸਾਰਾ। ਇਹ ਸਾਰਾ ਪਾਕਿਸਤਾਨੀ ਸਾਜ਼ਿਸ਼ ਹੋਈ ਹੈ। ਪਾਕਿਸਤਾਨੀ ਕੈਦੀਆਂ ਨੇ ਚਾਚੇ 'ਤੇ ਅਟੈਕ ਕੀਤਾ ਅਤੇ ਇਹਨਾਂ ਨੂੰ ਮਾਰ ਮਕਾਇਆ। ਅਸੀਂ ਪੋਸਟਮਾਰਟਮ ਮੈਡੀਕਲ ਕਾਲਜ ਕਰਾਵਾਂਗੇ। ਉੱਥੇ ਜਾ ਕੇ ਪੂਰਾ ਪਤਾ ਚੱਲ ਜਾਏਗਾ ਵੀ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਕਤਲ ਕੀਤਾ ਗਿਆ ਜਿਹਦਾ ਸਰਬਜੀਤ ਦਾ ਇੱਕ ਲੋਤਾ ਗਵਾਹ ਸੀ ਕਿਰਪਾਲ ਸਿੰਘ ਅਤੇ ਇਹਨਾਂ ਨੇ ਇਸੇ ਕਰਕੇ ਯਾਨੀ ਕਿ ਸਾਜ਼ਿਸ਼ ਕਰਕੇ ਸਾਰੀ ਸਿਮਟਰੀ ਖਤਮ ਕਰਤੀ ਹੈ ਵੀ ਇਹ ਗੇਮ ਵੀ ਪਤਾ ਨਾ ਚੱਲੇ ਵੀ ਸਰਬਜੀਤ ਨੂੰ ਕਿਵੇਂ ਮਾਰਿਆ ਅਤੇ ਕਿਰਪਾਲ ਸਿੰਘ ਦੀ ਤੈਅ ਕੀਤੀ ਗਈ ਹੈ। ਮਾਰਿਆ ਗਿਆ ਸਾਰਿਆਂ ਨੇ ਕੈਦੀਆਂ ਦੇ ਅਟੈਕ, ਪਾਕਿਸਤਾਨ ਕੈਦੀਆਂ ਨੇ ਕਿਰਪਾਲ ਸਿੰਘ ਦਾ ਅਟੈਕ ਕੀਤਾ। ਨਿਸ਼ਾਨੀਆਂ ਦੇਖ ਕੇ ਲਾਲ ਕੀਤੇ ਬਹੁਤ ਜ਼ਿਆਦਾ ਪਈ ਹੈ, ਬੁਰਾ ਹਾਲ ਜੀ ਇਹਨਾਂ ਦਾ, ਮਤਲਬ ਲਾਸ਼ਾਂ ਪਈਆਂ ਤੇ ਕਾਫੀ ਜ਼ਿਆਦਾ।
ਕਾਫੀ ਲਾਸ਼ਾਂ ਪਈਆਂ ਤੇ ਅਤੇ ਮੂੰਹ ਤੇ ਵੀ ਇੱਥੇ ਸਾਰਾ ਕੁਝ ਲਾਸ਼ਾਂ ਪਈਆਂ ਤੇ ਕਾਫੀ ਆਪਾਂ ਅਜੇ ਇਹੋ ਚਾਹੁੰਦੇ ਵੀ ਅੱਗੇ ਪੋਸਟਮਾਰਟਮ ਮੈਡੀਕਲ ਕਾਲਜ ਹੋਏ ਜਾ ਕੇ ਤੇ ਪੂਰਾ ਇਹਦੇ ਸਲੀਹ ਤੇ ਪਾਕਿਸਤਾਨੀਆਂ ਦਾ ਪਤਾ ਚੱਲੇ ਵੀ ਕਿੱਦਾਂ ਦੇ ਗੰਦੇ ਹਾਲਾਤ ਇਹਨਾਂ ਦੇ। ਪਾਕਿਸਤਾਨੀ ਮੁਰਦਾਬਾਦ, ਪਾਕਿਸਤਾਨ ਮੁਰਦਾਬਾਦ, ਪਾਕਿਸਤਾਨ ਮੁਰਦਾਬਾਦ। ਸਾਨੂੰ ਇਹ ਜਾਂਚ ਹੋਣੀ ਚਾਹੀਦੀ ਵੀ ਮਾਰਿਆ ਗਿਆ, ਜੇ ਹਾਰਟ ਅਟੈਕ ਨਾ ਹੋਵੇ ਫਿਰ ਕੋਈ ਗੱਲ ਨਹੀਂ, ਜੇ ਮਾਰਿਆ ਗਿਆ ਤਾਂ ਪੂਰੀ ਜਾਣਕਾਰੀ ਕੀਤੀ ਜਾਏ ਤੇ ਅੱਗੇ ਜੋ ਕਾਰਵਾਈ ਕੀਤੀ ਜਾਏ, ਕੋਈ ਘਰ ਦੀ ਮੈਂ ਜ਼ਿੰਮੇਵਾਰ ਹੁੰਦਾ ਜੀ। ਕੋਈ ਘਰ ਦੀ ਹੈਗੀ ਹੈ ਕਿ ਨਹੀਂ? ਨਹੀਂ ਨਹੀਂ ਨਹੀਂ, ਬਿਊਰੋ ਰਿਪੋਰਟ, ਪੰਜਾਬ ਟੂਡੇ। ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਚ ਦਮ ਤੋੜ ਚੁੱਕੇ ਭਾਰਤੀ ਨਾਗਰਿਕ ਕਿਰਪਾਲ ਸਿੰਘ ਦੀ ਮੌਤ ਤੇ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਵੱਡਾ ਖੁਲਾਸਾ ਕੀਤਾ ਹੈ। ਦਲਬੀਰ ਕੌਰ ਦਾ ਕਹਿਣਾ ਹੈ ਕਿ ਕਿਰਪਾਲ ਸਿੰਘ ਜੇਲ੍ਹ 'ਚ ਸਰਬਜੀਤ ਦੇ ਕਤਲ ਦਾ ਹਰ ਇੱਕ ਰਾਜ ਜਾਣਦਾ ਸੀ ਅਤੇ ਜਦੋਂ ਸਰਬਜੀਤ 'ਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਕਾਤਲਾਂ ਨੇ ਕਿਰਪਾਲ ਸਿੰਘ ਦੀ ਕੋਠਰੀ 'ਚ ਜਾ ਕੇ ਹੀ ਭੰਗੜੇ ਪਾ ਕੇ ਸ਼ਰਾਬਾਂ ਪੀਤੀਆਂ ਸਨ। ਦਲਬੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਨੂੰ ਡਰ ਸੀ ਕਿ ਕਿਤੇ ਕਿਰਪਾਲ ਸਿੰਘ ਰਿਹਾਅ ਹੋਣ ਤੋਂ ਬਾਅਦ ਉਸ ਦੀਆਂ ਕਾਲੀਆਂ ਕਰਤੂਤਾਂ ਨੂੰ ਜਗ ਜ਼ਾਹਰ ਨਾ ਕਰ ਦੇਵੇ, ਇਸ ਲਈ ਬੜੇ ਵੱਖਰੇ ਤਰੀਕੇ ਨਾਲ ਉਸ ਨੂੰ ਵੀ ਮਾਰ ਦਿੱਤਾ ਗਿਆ। ਦਲਬੀਰ ਕੌਰ ਨੇ ਕਿਰਪਾਲ ਸਿੰਘ ਦੀ ਲਾਸ਼ ਦਾ ਭਾਰਤ 'ਚ ਪੋਸਟਮਾਰਟਮ ਕਰਵਾਉਣ ਦੀ ਵੀ ਮੰਗ ਕੀਤੀ ਹੈ। ਅੱਜ ਵਹੀ ਦੁੱਖ ਮੁਝੇ ਲੱਗ ਰਿਹਾ ਕਿਰਪਾਲ ਕੇ ਬਾਰੇ, ਔਰ ਜੈਸਾ ਕਿ ਮੈਂ ਸਰਬਜੀਤ ਕੇ ਬਾਰੇ ਮੇਂ ਵੀ ਸ਼ੋਰ ਮਚਾਇਆ ਕਰਤੀ ਥੀ ਕਿ ਉਸਕੋ ਜਾਨ ਕਾ ਖਤਰਾ ਹੈ, ਜਾਨ ਕਾ ਖਤਰਾ ਹੈ, ਲੇਕਿਨ ਹਮਾਰੀ ਸਰਕਾਰੋਂ ਨੇ ਗੰਭੀਰਤਾ ਸੇ ਨਹੀਂ ਲਿਆ ਥਾ। ਇਸੀ ਪ੍ਰਕਾਰ ਸੇ ਕਿਰਪਾਲ ਕੇ ਸਾਥ ਵੀ ਚੱਲ ਰਹਾ ਥਾ। ਮੈਂ ਤੋ ਆਪਣਾ ਯਕੀਨਨ ਕਹਿ ਸਕਤੀ ਹੂੰ ਕਿ ਕਿਰਪਾਲ ਕੇ ਸਾਥ ਕੁਛ ਅਲਗ ਤਰੀਕਾ ਇਸਤੇਮਾਲ ਕੀਆ ਗਿਆ, ਜਿਸਸੇ ਕਿ ਹਿੰਦੁਸਤਾਨ ਕੇ ਅੰਦਰ, ਦੁਨੀਆ ਕੇ ਅੰਦਰ ਉਨਕਾ ਸ਼ੋਰ ਨਾ ਮਚੇ, ਪਤਾ ਨਾ ਚਲੇ ਕਿ ਯੇ ਹਰ ਕੈਦੀ ਕੇ ਸਾਥ ਹਿੰਦੁਸਤਾਨੀ ਕੇ ਸਾਥ ਐਸਾ ਕਰਤੇ ਹੈ। ਸ਼ੱਕ ਕੀ ਸੂਈ ਇਸ ਤੋਂ ਹੋਰ ਵੀ ਜਾਤੀ ਹੈ ਕਿ ਲਾਹੌਰ ਕੀ ਜੇਲ੍ਹ ਕੇ ਅੰਦਰ ਪਾਕਿਸਤਾਨੀ ਕੈਦੀਓ ਕੀ ਮੌਤ ਕਿਉਂ ਨਹੀਂ ਹੋਤੀ, ਉਨਕੋ ਹਾਰਟ ਅਟੈਕ ਕਿਉਂ ਨਹੀਂ ਹੋਤਾ, ਉਨ ਪਰ ਹਮਲੇ ਕਿਉਂ ਨਹੀਂ ਹੋਤੇ, ਜਬਕਿ ਵੋ ਇਤਨੀ ਆਤੰਕਵਾਦੀ ਔਰ ਇਤਨੇ ਗੰਭੀਰ ਆਰੋਪੋਂ ਮੇਂ ਅਪਰਾਧਿਕ ਮਾਮਲੇ ਹੈ, ਉਨਕੇ ਉੱਪਰ ਗੰਭੀਰ ਅਪਰਾਧਿਕ ਮਾਮਲੇ ਔਰ ਹੈ ਵੀ ਵੋ ਅਪਰਾਧਿਕ ਜੋ ਗਤੀਵਿਧੀਓ ਕੋ ਅੰਜਾਮ ਦੇਣੇ ਵਾਲੇ ਇੱਕ ਖੂੰਖਾਰ ਜੋ ਕਹਿ ਸਕਦੇ ਹਾਂ ਗੁਨੇਗਾਰ, ਜੈਸਾ ਕਿ ਮੁਝੇ ਸਰਬਜੀਤ ਵੀ ਬਤਾਇਆ ਕਰਤਾ ਥਾ, ਔਰ ਜੈਸਾ ਇੱਕ ਬਾਰ ਮੁਝੇ ਕੁਲਦੀਪ ਕੁਮਾਰ ਜੋ ਅਹਿਮਦਾਬਾਦ ਸੇ ਵਹਾਂ ਪਕੜਾ ਹੁਆ ਉਸਨੇ ਵੀ ਬਤਾਇਆ ਥਾ ਕਿ ਦੀਦੀ ਯਹਾਂ ਪਰ ਇਸ ਤਰ੍ਹਾਂ ਕੇ ਖੂੰਖਾਰ ਗੁਨਾਹਗਾਰ ਹੈ ਕਿ ਹਮ ਲੋਗੋਂ ਕਾ ਯਹਾਂ ਰਹਿਣਾ ਬੜਾ ਮੁਸ਼ਕਲ ਹੈ। ਮੁਝੇ ਪੂਰੇ ਯਕੀਨ ਹੈ ਕਿ ਕਿਰਪਾਲ ਕੇ ਸਾਥ ਹਾਦਸਾ ਨਹੀਂ ਹੁਆ, ਉਸੇ ਕੋਈ ਹਾਰਟ ਅਟੈਕ ਨਹੀਂ ਆਇਆ, ਉਸਕੀ ਵਹਾਂ ਪਰ ਇੱਕ ਅਲਗ ਤਰੀਕੇ ਸੇ ਉਨ੍ਹੋਂਨੇ ਖੋਜ ਨਿਕਾਲ ਕਰ ਉਸਕੀ ਹੱਤਿਆ ਕੀ ਹੈ, ਯਹਾਂ ਪਰ ਪੋਸਟਮਾਰਟਮ ਹੋਗਾ, ਸਾਫ਼ ਹੋ ਜਾਏਗਾ। ਮੁਝੇ ਕੁਛ ਪਤਾ ਲਗਾ ਹੈ ਕਿ ਸੂਤਰੋਂ ਕੇ ਹਵਾਲੇ ਸੇ ਕਿ ਲਾਹੌਰ ਕੀ ਜੇਲ੍ਹ ਮੇਂ ਹਮਾਰੇ ਕੈਦੀਓਂ ਕੇ 11 ਨਾਮ ਲਿਖ ਕਰ ਗਏ ਹੈ, ਜਿਨਕੋ ਕਿ ਜਿਨਕੇ ਬਾਰੇ ਮੇਂ ਯਹ ਆਦੇਸ਼ ਦੀਆ ਗਿਆ ਕਿ ਇਨ ਕੈਦੀਓਂ ਕੋ ਵੀ ਨਹੀਂ ਛੋੜਨਾ ਹੈ, ਇਨਕੋ ਵੀ ਮੌਤ ਕੇ ਘਾਟ ਉਤਾਰਨਾ। ਮੈਂ ਸੁਸ਼ਮਾ ਜੀ ਕੇ ਪਾਸ ਵੀ ਇਸ ਬਾਤ ਕੋ ਰੱਖ ਕਰ ਆਈ ਹੂੰ ਕਿ ਹਮ ਉਨ ਕੈਦੀਓਂ ਕੇ ਬਾਰੇ ਮੇਂ ਵੀ ਆਪ ਥੋੜ੍ਹਾ ਚਿੰਤਿਤ ਹੋ ਜਾਏ, ਜਿਸ ਮੇਂ ਵਿਸ਼ੇਸ਼ ਤੌਰ ਪਰ ਇੱਕ ਨਾਮ ਹੈ ਅਹਿਮਦਾਬਾਦ ਸੇ ਕੁਲਦੀਪ ਕੁਮਾਰ ਜੋ ਕਿ ਲਾਹੌਰ ਕੀ ਜੇਲ੍ਹ ਮੇਂ ਹੈ, ਔਰ ਪਿਸ਼ਾਵਰ ਕੀ ਜੇਲ੍ਹ ਮੇਂ ਅੰਸਾਰੀ ਜੋ ਕਿ ਮਹਾਰਾਸ਼ਟਰ ਸੇ ਹੈ, ਇਨਕੇ ਸਿਰ ਪਰ ਜੋ ਮੌਤ ਕਾ ਖਤਰਾ ਹੈ ਵੇ ਮੰਡਰਾ ਰਹਾ ਹੈ। ਹਮਾਰੇ ਵਿਦੇਸ਼ ਮੰਤਰਾਲੇ ਕੋ ਚਾਹੀਏ ਕਿ ਇਸਕੇ ਉੱਪਰ ਇੱਕ ਤੁਰੰਤ ਸਖਤ ਕਾਰਵਾਈ ਕਰੇ, ਠੋਸ ਕਦਮ ਉਠਾਏ, ਔਰ ਸਭੀ ਭਾਰਤੀ ਕੈਦੀਓਂ ਕੇ ਲੀਏ ਔਰ ਉਨ 11 ਨਾਮੋਂ ਕੀ ਖੋਜ ਕਰੇ। ਔਰ ਮੈਂ ਵੀ ਕੋਸ਼ਿਸ਼ ਮੇਂ ਲਗੀ ਹੋਈ ਹੂੰ ਕਿ ਮੇਰੇ ਸੂਤਰੋਂ ਕੇ ਹਵਾਲੇ ਸੇ ਮੁਝੇ ਪਤਾ ਚਲੇ ਕਿ ਵੋ ਔਰ 10-9 ਨਾਮ ਕੌਣ ਸੇ ਹੈ। ਤੋ ਹਮਾਰੇ ਕੈਦੀਓਂ ਕੇ ਉੱਪਰ ਇਸ ਸਮੇਂ ਬਹੁਤ ਜ਼ਿਆਦਾ ਖਤਰਾ ਹੈ, ਇਨਕੋ ਜੋ ਹੈ ਛੁਡਾਨੇ ਕੀ ਕੋਸ਼ਿਸ਼ ਹੋਣੀ ਚਾਹੀਏ। ਤੁਹਾਨੂੰ ਦੱਸ ਦਈਏ ਕਿ ਕਿਰਪਾਲ ਸਿੰਘ ਦੀ ਲਾਸ਼ ਮੰਗਲਵਾਰ ਨੂੰ ਪਾਕਿਸਤਾਨ ਵੱਲੋਂ ਭਾਰਤ ਨੂੰ ਸੌਂਪੀ ਜਾਵੇਗੀ, ਜਿਸ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬਿਊਰੋ ਰਿਪੋਰਟ, ਪੰਜਾਬ ਟੁਡੇ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਫ਼ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੀ ਜਾਣ ਵਾਲੀ ਰਕਮ ਰੋਕੀ ਨਹੀਂ ਗਈ ਹੈ। ਜ਼ਿਕਰਯੋਗ ਹੈ ਕਿ RBI ਨੇ 12,000 ਕਰੋੜ ਦੀ ਕਣਕ ਖਰੀਦ ਪੈਸੇ ਨੂੰ ਲੈ ਕੇ ਸੂਬਾ ਸਰਕਾਰ ਤੋਂ ਜਵਾਬ ਮੰਗੇ ਸਨ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਕਣਕ ਖਰੀਦ ਲਈ ਪੈਸਾ ਭੇਜਣ ਦੀ ਮੰਗ ਕੀਤੀ ਹੈ। ਪਠਾਨਕੋਟ ਅਤੇ ਜਲੰਧਰ 'ਚ ਵਪਾਰੀ ਸਿਹਤ ਬੀਮਾ ਦਾ ਸਮਾਰਟ ਕਾਰਡ ਲਾਂਚ ਕਰਨ ਦੌਰਾਨ ਸੁਖਬੀਰ ਨੇ ਕਿਹਾ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ ਅਤੇ ਉੱਥੇ ਹੀ ਸਭ ਤੋਂ ਮਹਿੰਗੀ ਬਿਜਲੀ ਹੈ। ਉਹਨਾਂ ਕਿਹਾ ਕਿ ਪੰਜਾਬ 'ਚ ਦਿੱਲੀ, ਹਰਿਆਣਾ, ਹਿਮਾਚਲ ਦੇ ਮੁਕਾਬਲੇ ਬਿਜਲੀ ਸਭ ਤੋਂ ਸਸਤੀ ਹੈ। ਇਵਨ ਗੁਜਰਾਤ ਤੋਂ ਲੈ ਕੇ ਦੂਜੇ ਜਿੰਨੇ ਵੀ ਸੂਬੇ ਉੱਪਰ ਬਿਹਾਰ ਦਾ ਕਰਜ਼ਾ ਆਪਣੇ
ब्यूरो रिपोर्ट पंजाब टुडे। दुनिया के बेशकीमती कोहिनूर हीरे नूं लै के नवा विवाद शुरू हो गया है। श्रोमणी गुरद्वारा प्रबंधक कमेटी के प्रधान अवतार सिंह मक्कड़ ने कोहिनूर हीरे संबंधी बीते कल केंद्र सरकार वालों दिए गए बयान नूं झूठा करार दिता है, जिस च केंद्र ने कहा सी कि यह हीरा महाराजा रणजीत सिंह वालों अंग्रेजों नूं खुद तोहफे के तौर पर दिता गया सी। जथेदार मक्कड़ ने अज इस बारे स्पष्ट करदिया कहा है कि जिस वेले अंग्रेजा वालों महाराजा रणजीत सिंह दे लाहौर दरबार से हमला किया गया सी, उस वेले महाराजा रणजीत सिंह की उम्र 10 साल की सी। इसलिए यह कहना कि उन्होंने वालों यह हीरा तोहफे वजो दिता गया सी बिल्कुल गलत है। उन्होंने कहा कि केंद्र सरकार नूं राज दी मलकीयत कोहिनूर हीरा अते इस दे नाल नाल महाराजा रणजीत सिंह की सोने की कुर्सी भी भारत वापस लियानी चाहिए है, जो कि अंग्रेजों के कोल ही है। इस दौरान जब अवतार सिंह मक्कड़ नूं श्रोमणी कमेटी के जथेदार श्री अकाल तख्त विचाले पैदा हुए मतभेदा ते कल दी मीटिंग बारे पूछा गया तो उन्होंने इस बारे चुप वट ली। देखो केंद्र सरकार के जो सोलिसिटर जनरल ने बयान दिता सुप्रीम कोर्ट निराधार है, झूठा है, बेबुनियाद है, क्योंकि कोहिनूर हीरा जरा सिख राज की एक सवरन स्टेट से सिख राज लाहौर दरबार और वो मालकीयत सी, और जो लाहौर दरबार से उदो महाराजा दलीप सिंह की उम्र केवल 10 साल की सी, और ये कह दें कि वह प्रजेंट किया गया या तोहफे वजो दिता गया झूठा और बेबुनियाद स्टेटमेंट है। सानू बड़ी क्लीयर गल है कि साड़ी विरासत है कोहिनूर हीरा, और साढ़े को धक्के खोया ईस्ट इंडिया कंपनी ने अंग्रेज राज ने, और ये सानू वापस मिलना चाहिए। ये नाल ही सोने की जी कुर्सी है जी तख्त नवा कुर्सी है वो भी होर दुर्लभ वस्तुआ जो महाराजा रणजीत सिंह के राज दिया अंग्रेज लैके गए सू वापस मिलनी चाहिए। सरकार ने सू सहयोग कर देना चाहिए, ना कि स्टेटमेंट देनी चाहिए। ब्यूरो रिपोर्ट पंजाब टुडे। अफगानिस्तान में डिफेंस विभाग के दफ्तर उत्ते दहशतगर्द हमला होया है। इस हमले में 2 दर्जन तो भी वध लोगों के मारे जाने का खदशा है। इस तो अलावा 350 के करीब लोग जख्मी होने की जानकारी मिल रही है। उधर सुरक्षा बलों और दहशतगर्दों विचकार गोलीबारी जारी है। दूजे पासे काबुल स्थित भारतीय दूतावास के सारे कर्मी सुरक्षित हैं। भारतीय दूतावास ने इसकी पुष्टि कर दी है। धमाके तो बाद भारतीय दूतावास की सुरक्षा होर भी बढ़ा दी गई है। मीडिया रिपोर्टा मुताबक एक व्यक्ति ने अपने आप को विस्फोटक समगरी नाल उड़ा लिया, जिस तो बाद पूरे इलाके विच अफरा तफरी